हाँ जी सत श्री अकाल सारे नूं की हाल है जी कैमा से तां होर सुनाओ। अज असीं पहुंचे सीगे जी संगरूर जिले दे विच सोलर घराट ते बिंदर कोले। तां बिंदर दा फार्म भावां दी बाकी छोटा फार्म है, थोड़े पशु रखदे आ गिणती दे, पर जिहड़ी इहनां दी समाई आ केयर है ते ब्रीडिंग करनी है भी जिहड़ी ब्रीडिंग करदे आ ते आपां उसे पर्पल दे उत्ते वीडियो बनाई है ना भी ब्रीडिंग जिवें हुण कट्टियां भी आ बिंदर तों पुछदे आ ठीक है भी जिहड़ियां वधिया तैयार कीतियां ने सारियां तां काको हुण टाइम है बस एक बारी बिंदर दा भी सिस्टम उही है बस कख जिहड़े एक बारी सन्नी तों बाद हुण पा देणे आ ते उस तों बाद नहीं बस कहिंदा कख पाउणे तां इह थोड़े पशुआं करके उह आपणे आला कम्म नहीं करदे भी नरे पा दिंदा इह तां भी जिहड़ी तूड़ी आ पहिलां खवांदे उस तों बाद जिहड़ा टोकरा टोकरा पा दिंदा ते बिंदर नाल इह आपां सारी गल करदे हां कट्टियां बारे भी आपां गल करांगे बिंदर नाल। ਬਿੰਦਰ ਕੀ ਹਾਲ ਆ ਸਭ ਤੋਂ ਪਹਿਲਾਂ ਦਾ ਐਂ ਦੱਸ ਹਾਲ ਚਾਲ ਆਪਣੇ ਸਾਰਿਆਂ ਦਾ ਤਾਂ ਹੋਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਠੀਕ ਠਾਕ ਹੋ ਤਾਂ ਬਾਕੀ ਬਿੰਦਰ ਆਪਾਂ ਜੇ ਆਪਾਂ ਗੱਲ ਕਰਦੇ ਹਾਂ ਹੈ ਨਾ ਪੁਰਾਣੀ ਮਗਰਲੇ ਸਾਲ ਦੀ ਵੀਡੀਓ ਦੇਖੀ ਦੀ ਹੈ ਮੇਰੇ ਹਿਸਾਬ ਨਾਲ 2021 ਦੀ ਵੀਡੀਓ ਤੁਹਾਡੀ ਪਾਈ ਵੀ ਸੀ ਤਾਂ ਇੱਕ ਦੋ ਮੱਝਾਂ ਤੁਸੀਂ ਵੇਚੀਆਂ ਵੀ ਵੱਡੀਆਂ ਨਾ ਹਾਂਜੀ ਹਾਂ ਤਾਂ ਆਪਾਂ ਮਤਲਬ ਜਿਹੜੀ ਵੀਡੀਓ ਆਪਾਂ ਇਸ ਬੇਸ 'ਤੇ ਬਣਾਉਣੀ ਆ ਵੀ ਜਿਵੇਂ ਥੋੜ੍ਹੇ ਪਸ਼ੂ ਰੱਖਦੇ ਤੁਸੀਂ 2-4 ਰੱਖਦੇ ਵੀ ਤੈਨੂੰ ਇਹਦਾ ਪ੍ਰੋਫਿਟ ਕੀ ਹੈ। ਬਹੁਤ ਵਧੀਆ ਪ੍ਰੋਫਿਟ ਆ ਜੀ ਤੇ ਦੁੱਧ ਦਾ ਤੇ ਆ ਹੁੰਦਾ ਹੈ ਆ ਝੋਟੀਆਂ ਹੋ ਗਿਆ ਤਿੰਨ ਦੇਖੋ ਹਾਂ ਇਹ 3 ਮਹੀਨੇ ਦੀ ਗੱਭਣਾ ਇਹ ਅੱਛਾ 1 ਸਾਲ 6 ਮਹੀਨੇ ਦੀ ਨਵੇਂ ਦੁੱਧ ਹੋ ਗਈ ਦੀ 1 ਸਾਲ 6 ਮਹੀਨੇ ਦੀ ਸਹੀ 1.5 ਸਾਲ ਦੀ ਨਵੇਂ ਦੁੱਧ ਹੋ ਗਈ ਟੀਕਾ ਭਰਾਤਾ ਹਾਂ ਇਹ 6 ਦੀ ਹੋ ਗਈ ਉਹ ਗਹਾਲੀ 7 ਦੀ ਹੋ ਗਈ ਦੀ ਅੱਛਾ ਇਹ 1 ਮਹੀਨੇ 6 ਦੀ ਸੀਗੀ 1 ਸਾਲ 6 ਮਹੀਨੇ ਦੀ 1.5 ਸਾਲ ਦੀ ਉਹ 1 ਮਹੀਨਾ ਉੱਤੇ 1.5 ਸਾਲ ਤੋਂ ਤੇ ਉਦੋਂ ਬਾਅਦ ਵਾਲੀ ਵੀ ਇਹੀ ਹੈ ਉਹ ਇਹੀ ਉਮਰ ਹੈ ਜਾਨਕਿ 1.5 ਸਾਲ ਦੀਆਂ ਨੇ ਟੀਕਾ ਲੈ ਲਿਆ ਤਿੰਨੇ ਗੱਭਣ ਕਰਵਾਤੀਆਂ ਓਕੇ ਤੇ ਜੇ ਆਪਾਂ ਗੱਲ ਕਰੀਏ ਆ ਪਹਿਲੀ ਕੱਟੀ ਦੀ ਇਹ ਕੱਟੀ ਹੈ ਜਿਹੜੀ ਝੋਟੀ ਹੈ ਇਹਦੀ ਹੁਣ ਉਮਰ ਕਿੰਨੀ ਹੋ ਗਈ ਹੁਣ ਇਹ 8ਵੀਂ 12ਵੀਂ ਮਹੀਨੇ ਚ ਹੋਊਗੀ ਜੀ ਇਹ 2 ਸਾਲ ਦੀ ਤੇ ਉਹਨੂੰ ਗੱਭਣ ਤੋਂ ਦੇਖ ਲਾ ਤੇ ਇਹ 6 ਮਹੀਨਿਆਂ ਦੀ ਹੋ ਜੂ 6 ਮਹੀਨਿਆਂ ਦੀ ਹੈ ਨਾ 12ਵੀਂ ਚ ਹੋਊਗੀ ਇਹ ਮੇਲਾ ਦਾ 1 ਤਰੀਕ ਨੂੰ ਹਾਂ ਫਿਰ ਤਾਂ ਟਾਈਮ ਹੈ ਤਾਂ 6ਵਾਂ ਮਹੀਨੇ ਚੱਲਿਆ ਹਜੇ 7 ਮਹੀਨੇ ਪਏ ਆ ਜੇ ਤਾਂ ਬਹੁਤ ਛੋਟੀ ਛੂਪੂ ਹੈ ਨਾ ਤਾਂ ਬਿੰਦਰ ਇਹਦਾ ਪਿਓ ਕਿਹੜਾ ਸੀਗਾ ਇਹਦਾ ਜੋਗਰਾਜ ਜੀ ਬੁੱਢਾ ਜੋਗਰਾਜ ਵੱਡਾ ਬੁੱਢਾ ਕਰਮਵੀਰ ਵਾਲਾ ਇਹਦੀ ਮਾਂ ਮਦਰੀ ਜਿਹੜੀ ਆਪਾਂ ਨੇ ਵੀਡੀਓ ਚ ਪਹਿਲਾਂ ਦਿਖਾਈ ਸੀ ਅੱਛਾ ਇਹਦੀ ਹੈਟ ਬਹੁਤ ਸੋਹਣੀ ਹੈ ਨਾ ਅੱਛਾ ਜਿਹੜੀ ਪਹਿਲਾਂ ਵਾਲੀ ਵੀਡੀਓ ਚ ਇਹਦੀ ਮਾਂ ਮਦਰੀ ਦਿਖਾਈ ਸੀ ਬੇਇੱਜ਼ਤੀ ਸੀ ਤੂੰ ਚਹਿਲ ਲੈ ਗਿਆ ਹਾਂ ਚਹਿਲ ਚਹਿਲ ਲੈ ਗਿਆ ਸੀ ਹੈ ਨਾ ਆਪਾਂ ਵੀਡੀਓ ਪਾਈ ਦੀ ਹੈ ਓਕੇ ਉਹ ਹੈ ਬਿੰਦਰ ਹੱਗੀ ਇਧਰੋਂ ਮਾੜਾ ਜਾ ਬਹੁਤ ਸੋਹਣੀ ਝੋਟੀ ਤਿਆਰ ਹੋਈ ਹੈ ਬਾਈ ਤਾਂ ਦੇਖੋ ਬਾਈ ਇਹੀ ਆਪਾਂ ਬਿੰਦਰ ਨਾਲ ਗੱਲਾਂ ਬਾਤਾਂ ਸਾਰੀਆਂ ਕਰਾਂਗੇ ਨਾਲੇ ਬਿੰਦਰ ਨੂੰ ਆਪਾਂ ਡੈਟ ਬਿੰਦਰ ਜਿਹੜੀਆਂ ਬੱਚੀਆਂ ਬਾਈ ਜਿਵੇਂ ਅਗਲਾ ਕਹਿ ਤਾਂ ਦਿੰਦਾ ਹੈ ਨਾ ਸਾਰੇ ਭਰਾ ਤਾਂ 1.5 ਸਾਲ ਦੀ ਹੁਣ ਤੁਸੀਂ ਗੱਭਣ ਕਰਵਾਤੀ ਜਮਾ ਸਹੀ ਸਾਰੀਆਂ ਕੱਟੀਆਂ ਸਾਰੀਆਂ ਦੀ ਕੱਦ ਵੀ ਬਰੋਬਰ ਹੈ ਵਿੱਚ ਸੌਂਕਾਂ ਦੀ ਪਰਲੀਆਂ ਦਾ ਉੱਚੇ ਹੀ ਹੈ ਹਾਂ ਇਹ ਮਹੀਨਾ ਵੱਡੀ ਹੈ ਬਸ ਉਹ ਤੋਂ ਵੱਡੀ ਹੈ ਉਹ ਤੋਂ ਵੱਡੀ ਹੈ ਮਹੀਨੇ ਮਹੀਨੇ ਦਾ ਫਰਕ ਹੀ ਹੈ ਇਹ ਸਾਰਿਆਂ ਨੂੰ ਛੋਟੀ ਹੈ ਤਾਂ ਬਿੰਦਰ ਇਹਨਾਂ ਨੂੰ ਜਿਹੜੀ ਡਾਇਟ ਪਲਾਨ ਆ ਵੱਡੇ ਭਾਈ ਫਿਰ ਆਪਣੇ ਸਾਰੇ ਭਰਾ ਪੁੱਛਦੇ ਹੁੰਦੇ ਆ ਵੀ ਡਾਇਟ ਪਲਾਨ ਵੀ ਦੱਸਿਆ ਕਰੂ ਜਿਵੇਂ ਕੱਟੀਆਂ ਨੂੰ ਤੁਸੀਂ ਮੰਨ ਲਓ ਜੰਮਦੀਆਂ ਤੋਂ ਕੀ ਸਟਾਰਟ ਰੱਖਿਆ ਇਹਨਾਂ ਨੂੰ ਜੇ ਦੁੱਧ ਤੋਂ ਆਪਾਂ ਪਹਿਲਾਂ ਮੰਨ ਲਓ ਵੀ ਦੁੱਧ ਤੋਂ ਆ ਕਿੰਨਾ ਕੁ ਟਾਈਮ ਦੁੱਧ ਪਿਉਣੇ ਆ ਇਹ 3 ਮਹੀਨੇ ਮਤਲਬ ਕਿ ਖੁੱਲਾ ਦੁੱਧ ਪਿਲਾਉਣਾ ਮੈਂ ਅੱਛਾ 3 ਮਹੀਨੇ ਪੂਰਾ ਵਧੀਆ ਖੁੱਲਾ ਦੁੱਧ ਠੀਕ ਹੈ ਓਕੇ ਤੇ ਉਸ ਤੋਂ ਬਾਅਦ 3 ਮਹੀਨੇ ਤੋਂ ਬਾਅਦ ਬਾਈ ਉਸ ਤੋਂ ਬਾਅਦ ਆਪਾਂ ਥੋੜੀ ਲੇਟੀ ਲਾ ਦੇਣੀ ਹੈ ਜਿਹੜਾ ਪਸ਼ੂ ਨੂੰ ਪਾਉਂਦੇ ਹੁੰਦੇ ਆਪਾਂ ਲੇਟੀ ਰਿੰਨ ਕੇ ਦਲੀਆ ਕਣਕ ਦਾ ਕਹਿੰਦੇ ਨੇ ਹਾਂ ਉਹ ਪਾਉਣ ਲੱਗ ਜਾਂਦੇ ਆ ਓਕੇ ਹਾਂ ਤੇ ਉਹ ਪਾ ਦਿੰਦੇ ਆ ਠੀਕ ਹੈ ਉਹ ਉਮੀ ਚੱਲ ਰਹੀ ਹੈ ਸੰਨੀ ਸੱਪਾ ਸਾਰਾ ਤੇ ਅੱਛਾ ਤੇ ਉਹਨਾਂ ਦੇ ਉੱਤੇ ਜਿਵੇਂ ਉਹ ਲੇਟੀ ਵੀ ਪਾ ਦਿੰਦੇ ਇੱਕ ਟਾਈਮ ਪਾਉਣਾ ਕਿ ਦੋਨੇ ਟਾਈਮ ਨਹੀਂ ਇੱਕ ਟਾਈਮ ਸੰਨੀ ਲਾਉਣੇ ਆ ਦੋਨੋਂ ਅੱਛਾ ਸੰਨੀ ਦੇ ਵਿੱਚ ਤੇ ਨਾਲ ਐਕਸਟਰਾ ਕਣਕ ਦਾ ਦਾਣਾ ਦੂਣਾ ਚਿੱਟਾ ਹਾਂਜੀ ਹਾਂ ਉਹ ਉੱਪਰ ਪਾਉਣੇ ਆ ਚਿੱਟਾ ਦਾਣਾ ਉੱਪਰ ਭੁੱਕ ਦਿੰਨੇ ਆ ਜਿਵੇਂ ਪਸ਼ੂਆਂ ਨੂੰ ਪਾਉਣੇ ਆ ਠੀਕ ਹੈ ਤੇ ਬਿੰਦਰ ਇਹਦੀ ਗੱਲ ਕਰੀਏ ਝੋਟੀ ਇਹਦਾ ਪਿਓ ਕਿਹੜਾ ਹੈ ਬਾਈ ਇਹਦਾ ਜੀ BM 347 BM 347 ਹਾਂਜੀ ਹਾਂ ਤਾਂ ਮਾਂ ਕਿਹੜੀ ਸੀ ਇਹਦੀ ਮਾਂ ਇਹਦੀ ਖਲੀ ਦੀ ਵੱਡੀ ਉਹ ਵੀ ਵੇਚਦੀ ਸੀ ਵੱਡੀ ਠੀਕ ਹੈ ਉਹ ਵੀ ਜਵਾਹਰ ਵਾਲੇ ਬਾਗੀ ਆਪਾਂ ਇਹ ਵੀ ਚੀਜ਼ ਤੂੰ ਆਪਾਂ ਤਾਂ ਪੁੱਛਣੀ ਆ ਬਾਅਦ ਦੇ ਵਿੱਚ ਵੀ ਜਿਹੜਾ ਪ੍ਰੋਫਿਟ ਹੈ ਵੀ ਆਪਣੇ ਸਾਰੇ ਬੰਦੇ ਇਕੱਲੇ ਦੁੱਧ ਨੂੰ ਪ੍ਰੋਫਿਟ ਮੰਨੀ ਬੈਠੇ ਰਹਿੰਦੇ ਆ ਵੀ ਮੈਂ ਮੰਨਦਾ ਉਹਨਾਂ ਵੀ ਦੁੱਧ ਪਾਣੀ ਨਾਲ ਖਰਚੇ ਪਾਣੀ ਕੱਢੋ ਪ੍ਰੋਫਿਟ ਜਿਹੜੀਆਂ ਝੋਟੀਆਂ ਮੱਝਾਂ ਵੇਚੀਆਂ ਨੇ ਹਰ ਸਾਲ ਉਹ ਆਪਾਂ ਨੂੰ ਪ੍ਰੋਫਿਟ ਨੇ ਰਹਿ ਖਾਂਦਾ ਤਾਂ ਦੂਏ ਟਾਈਮ ਦਾ ਆਪਾਂ ਦੁੱਧ ਪਾ ਦੇਨੇ ਆ ਬਚਦਾ ਵੀ ਰੱਖ ਲੈਨੇ ਆ ਬਾਕੀ ਉਹ ਆ ਹੁਣ ਜਿਹੜੇ ਪ੍ਰੋਫਿਟ ਹੈ ਤਿੰਨੇ ਕੱਟੀਆਂ ਤਿੰਨੇ ਮੱਝਾਂ ਦੀਆਂ ਮਿਲ ਲਵੇ ਓਕੇ ਤੇ ਇਹ ਕਿਹੜੀ ਦੀ ਕੱਟੀ ਆ ਇਹ ਆਪਣੀ 370 ਦੀ BM 370 ਦੀ ਜਿਹੜੇ ਮੇਰੇ ਕੋਲੇ ਕੱਟੀ ਆ ਇਹ ਹੈਗੀ BM 347 ਦੀ ਹਾਂ ਇਹ 77 ਦੀ ਹੈ 77 ਦੀ ਹੈ 77 ਦੀ ਮੇਰੇ ਕੋਲੇ ਵੀ ਉਹ ਇੱਕ ਤਾਂ ਗੁਰੀ ਕੋਲੇ ਜਾਪੜੀ ਸੀ ਮਗਰ ਕੱਟੀ ਫਰਾਟੇ ਵਾਲੀ ਇੱਕ ਮੇਰੇ ਕੋਲੇ ਉਹ ਦਿੱਲੀ ਵਾਲੀ ਝੋਟੀ ਦੀ ਹੈ ਜਿਹੜੀ ਗੱਭਣ ਹੋਈ ਵੀ ਹੈ 75 77 ਦੀ ਹੈ ਅੱਛਾ ਇਹ 75 77 ਦੀ ਆ ਮੈਂ ਇਹਦੇ BM 377 ਦੀ ਇਹ 75 77 ਦੀ ਕੱਟੀ ਹੈ ਬਾਈ ਕੱਟੀਆਂ ਵੀ ਬਹੁਤ ਜ਼ਿਆਦਾ ਸੋਹਣੀਆਂ ਤਾਂ ਜੇ ਆਪਾਂ ਗੱਲ ਕਰੀਏ ਤਾਂ ਇਹ ਝੋਟੀ ਜਿਹੜੀ ਮਗਰਲੇ ਸਾਲ ਪਹਿਲਾਂ ਸੂਈ ਆ ਉਹ ਜਿਹੜੀ ਹਾਂ ਮਦਰੀ ਦੀ ਉਹਦੀ ਦੀ ਹੈ ਇਹ ਅਮਨਤੀ ਵਾਲੀ ਸੀ ਹਾਂ ਉਹਦੀ ਕਿਉਂਕਿ ਮੇਰੀ ਵੀਡੀਓ ਬਣਾਈ ਹੈ ਮੈਂ ਤਾਂ ਹੀ ਸਿਆਣ ਲਈ ਹੈ ਤਾਂ ਬਿੰਦਰ ਇਹਨੇ ਮਨਤੀ ਵਾਲੇ ਹੁਣ ਤਾਂ ਕੱਦ ਕੁੱਦ ਵੀ ਖੈਰ ਹੋਰ ਕਰੀ ਬੈਠੇ ਤੇ ਇਹਨੇ ਦੁੱਧ ਕਿੰਨਾ ਦਿੱਤਾ ਆਪਣੇ ਪੀਕ ਟਾਈਮ ਤੇ ਹੁਣ ਆਪਦਾ ਇਹ ਪਹਿਲੇ ਸੂਏ ਦਾ ਉਹਦੀ ਭੈਣ ਹੈ ਮਨਤੀ ਵਾਲੀ
ਅੱਛਾ ਉਹ ਵੇਚਦੀ ਉਹ ਵੀ ਉਹ ਵੇਚਦੀ ਹੈ ਅੱਛਾ ਜਾਨੀ ਕਿ ਹੁਣ ਤੂੰ ਤਾਂ ਹੀ ਇਹ ਵਿਲਾ ਲੱਗਦਾ ਤਿੰਨ ਚਾਰ ਮੱਝਾਂ ਵੇਚੀਆਂ ਇੱਥੇ ਹਾਂ ਤਿੰਨ ਵੇਚਦੀਆਂ ਮਤਲਬ ਹਰ ਸਾਲ ਇੱਕ ਪਸ਼ੂ ਕੱਢਦਾ ਕਿ ਦੂਜੇ ਸਾਲ ਕੱਢਦਾ ਤੂੰ ਹੁਣ ਗਾਹਾਂ ਨੂੰ ਦੋ ਕੱਟੂਗਾ ਫੇਰਾ ਕੱਟੀਆਂ ਜਾਣਗੀਆਂ ਇੱਧਰ ਅੱਛਾ ਜਾਨੀ ਕਿ ਦੋ ਹਰ ਸਾਲ ਵੇਚਣੀਆਂ ਹੁੰਦੀਆਂ ਤੂੰ ਉਦੋਂ ਆਹ ਛੋਟੀਆਂ ਜਿਵੇਂ ਕੱਟੀਆਂ ਖੜੀਆਂ ਇਹ ਵੀ ਤਿਆਰ ਹੋ ਜਾਣਗੀਆਂ ਨਾ ਤੇ ਆਹ ਕੱਟੀ ਕਿਹੜੇ ਦੀ ਹੈ ਇਹ ਉਹਦੀ ਆਪਣੀ ਅਮਨਿਊ ਦੀ ਅਮਨਿਊ ਦੀ ਹਾਂ ਇਹ 7 ਮਹੀਨੇ ਦੀ ਹੋ ਗਈ 7 ਮਹੀਨੇ ਦੀ ਬਣਾਈ ਉਹਦੇ ਸੂਈ ਦੀ ਕੋਡੀ ਹਾਂ ਇਹ ਆ ਵੱਡੀ ਮੱਝ ਦੀ ਤੇਰੀ ਉਹ ਵੱਡੀ ਮੱਝ ਦੀ ਹੈ ਠੀਕ ਹੈ ਤੇ ਇਹ ਇਹਦੇ ਮਾਂ ਦਾ ਕੀ ਰਿਕਾਰਡ ਸੀਗਾ ਇਹਦੀ ਮਾਂ ਨੇ 20 ਪਲੱਸ ਦਿੱਤਾ ਹਾਂ ਵੱਡੀ ਨੇ ਨਾ 22 ਤਾਂ ਬਾਕੀ ਇਹ ਜਿਹੜਾ ਛੋਟਾ ਕੱਟਾ ਇਹ ਕਿਹੜੀ ਦਾ ਇਹ ਹੈਗਾ ਉਹ ਕਿਹਦਾ ਝੋਟੀ ਦਾ ਤੇ ਇਹਨੇ ਬਾਈ ਪੀਕ ਲੇਬਲ ਕਿੰਨਾ ਦਿੱਤਾ ਦੁੱਧ ਪਹਿਲਾਂ ਵੀ 14 ਕਿਲੋ ਵੱਡਿਆ ਪਹਿਲਾਂ ਨੇ 14 ਕਿਲੋ ਤੇ ਦੂਜੀ ਵਾਰ ਨੂੰ ਗੱਭਣ ਕਰਾ ਦੇ ਓਕੇ ਹਾਂ ਹੁਣ ਵੀ ਦੇ ਰਹੀ ਹੈ 7 ਕਿਲੋ ਅੱਛਾ 6 ਮਹੀਨੇ ਦੀ ਗੱਭਣ ਤੇ 7 ਕਿਲੋ ਦੁੱਧ ਦੇ ਰਹੀ ਹੈ ਠੀਕ ਆ ਬਹੁਤ ਸੋਹਣੀ ਹੈ ਤੇ ਬਾਈ ਜੀ ਇਹ ਪੰਮਾ ਦੀ ਇਹ ਨਾ ਇੱਕ ਛੋਟਾ ਮਤਲਬ ਆਪਾਂ ਕਹਿੰਦੇ ਨੇ ਵੀ ਛੋਟੇ ਕੰਮ ਦੇ ਵਿੱਚ ਵੀ ਘੱਟ ਵਜਦਾ ਪਰ ਐ ਨਹੀਂ ਇਹ ਵੀ 6 ਮਹੀਨੇ ਦੀ ਗੱਭਣ ਹੈ ਅੱਛਾ ਇਹ ਵੱਡੀ ਮੱਝ ਆ ਗਈ ਹਾਂ ਇਹ 12 ਕਿਲੋ ਦਿੰਦੀ ਹੈ ਇਹ 12 ਕਿਲੋ ਤੋਂ ਦਿੰਦੀ ਹੈ 6 ਮਹੀਨੇ ਦੀ ਗੱਭਣ ਹੈ ਤੇ ਇਹ ਤਾਂ ਤੁਹਾਨੂੰ ਪਤਾ 20 ਪਲੱਸ ਦਿੰਦੀ ਹੈ ਉਹ ਵੱਡੀ ਹਾਂ ਇਹ ਉਹ ਵੱਡੀ ਹੈ ਇਹ ਕਿੰਨਾ ਦਿੰਦੀ ਹੈ ਪੀਕ ਟਾਈਮ ਤੇ ਜੇ ਸਾਰਾ ਤੋਲੀ ਹੈ ਬਣ ਜਾਂਦੀ ਹੈ ਕਿ ਥੋੜਾ ਜਿਹੀ ਦਿੱਕਤ ਸਾਨੂੰ ਆ ਗਈ ਜੀ ਹਮ ਇੱਕ ਸਾਈਡ ਨੂੰ ਓਕੇ ਓਕੇ ਆਹ ਤੂੰ ਮੈਨੂੰ ਫੋਨ ਕਰਦਾ ਰਹੇ ਉਦੋਂ ਹਾਂ ਹੁਣ ਵੀ ਥੋੜਾ ਜਿਹਾ ਹੋਇਆ ਠੀਕ ਹੈ ਉਹ ਸੈੱਟ ਹੋ ਗਿਆ ਹੀ ਤੁਹਾਨੂੰ ਪਤਾ ਹੈ ਉਹਦੇ ਨਾਲ ਦੁੱਧ ਘਟਾ ਗੱਲੜੇ ਨੂੰ हाँ ठीक है अगली सूए फर्क पै जूगा जो ठंड वाले नहीं सुना 4 महीने काड़े कूड़े दिते जाने उदो सैट हो जूगा ना तो शाम बालकी कि शाम बालकी है कि अच्छा ओके ओके की है ना मैं दस दिमाग ज अपना यार शिवम हाँ शिव 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 ओके जे टोटल एक गल करिए अपने हर एक बंद पता की गल की वीडियो भी देखते हैं हर एक बंद हिसाब किताब जरूर लाता भी इन्हें कख पाते करते हैं करते भी तुसी साल दे विच बिंदर जिहड़ा आपां खर्चे की गल करते हैं भी तुसी जिहड़ा प्रॉफिट है मझां दे दुद्ध तो भी ला लो ते भावें तुसी हर साल दस दे भी दो मझां वेचणगियां पक्कियां ठीक है जी मैं झोटियां गब्बण तिन्ने इधरों आ जाणगियां वड्डियां वेच देंगे दो है ना ते कल्ली आ वड्डी मझ ही रख दें तुसी कोले हाँ आहो आ साइडां वालियां कढ़तियां ते तिन्न झोटियां सू पाणियां उदू बाद कट्टियां आ गईयां आ हुण वाले सू देणे फिर कढ़ देणियां जी दुद्ध की है दुद्ध की कितनी आमदन ले लें दुद्ध का दुद्ध की की बचता सुनो वो भी एक अच्छा ओके एक टाइम का जानी कि घर वास्ते ते कटवा वास्ते आराम दा ते एक टाइम का डेयरी ठीक है डेयरी च पा के जे मान लो 40 लीटर पालिया मान लो तक नाल मान लो भी 2000 दा दुध पाया है अपना दुध तेरा खर्चा किन्ना करदे आ पशुआं ते भी बचत किन्नी का दुध दे विचों हुण भी 70 रुपए चल रहे 70 रुपए छोटे दा शहर है ना उक्का पुक्का 70 रुपए है 60 रुपए ले आंदे ने उक्का पुक्का ठीक है ओके ते जे आपां गल करिए बिंदर हुण भी इहदे विच दुध दे विचों भी प्रॉफिट बचाउणे आ कि कल्लियां बसाईयां भी ब्रीडिंग दे विच ही बस जिहड़ियां दो मैसां बेचदे आ उही है मतलब कि दोनों तिन्ना चीजां जो प्रॉफिट दा बचदा ते नाले घर दा अपना हे होवा कारोबार ਤਪਿੰਦਰ ਵੀ ਆਏ ਹਾਂ ਵੀ ਜਿਵੇਂ ਆਪਾਂ ਉਹੀ ਗੱਲ ਕਰਦੇ ਵੀ ਦੁੱਧ ਦੀ ਬਚਦੀ ਵੀ ਜਿਹੜਾ ਦੁੱਧ ਤਕਰੀਬਨ ਜੇ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਨੂੰ ਜਿਹੜਾ ਇੰਨੀ ਕੁ ਬਚਦਾ ਜਿਹੜਾ ਤੁਸੀਂ ਦੱਸਿਆ ਵੀ ਦੋ ਆਈਤੀ ਮੈਸਾਂ ਕੱਢੀਆਂ ਦੋ ਮਗਰਲੀ ਵਾਰ ਕੱਢੀਆਂ ਨਾ ਵੀ ਇਹਦੇ ਵਿੱਚ ਜੇ ਆਪਾਂ ਆਮ ਜੱਟ ਨੂੰ ਵੀ ਸਮਝਾਈਏ ਆਪਣੇ ਆਮ ਭਰਾਵਾਂ ਨੂੰ ਨਵਿਆਂ ਨੂੰ ਵੀ ਇਹਦੇ ਵਿੱਚੋਂ ਤੁਹਾਨੂੰ ਜਿਹੜੀ ਦੁੱਧ ਦੀ ਕਮਾਈ ਆ ਉਹ ਕੀ ਆ ਕਮਾਈ ਦੁੱਧ ਦੀ ਤਾਂ ਬਹੁਤ ਜ਼ਿਆਦਾ ਕਮਾਈ ਹੈ ਜੀ ਦੇਖੋ ਆਪਾਂ ਨੂੰ ਜਦੋਂ ਦੁੱਧ ਦਾ ਜਿਹੜਾ ਪੈਸਾ ਹੁੰਦਾ ਆਪਾਂ ਕਬੀਲਦਾਰੀ ਜੇ ਵਰਤਦੇ ਹਾਂ ਹਾਂ ਬਾਈ ਜੇ ਬੱਚਿਆਂ ਨੇ ਫੀਸਾਂ ਭਰ ਲਓ ਹਾਂਜੀ ਕੋਈ ਚਾਹ ਕੋਲ ਜਿਵੇਂ ਆਪਾਂ ਸਾਰਾ ਲੈਨੇ ਆ ਬਿਲਕੁਲ ਉਹ ਸਾਰਾ ਕੁਝ ਆਪਦਾ ਸਾਰੇ ਸਾਲ ਦਾ ਖਰਚਾ ਆਪਾਂ ਇਹਨਾਂ ਪਸ਼ੂਆਂ ਦੇ ਦੁੱਧ ਦੀ ਉਹ ਕਰਦੇ ਆ अच्छा भी तुसी घरों नहीं वरतदे हो पैसा सारा पशुआं दुध तो चलदा पानी दे भी नहीं जान दी लोड़ देखो ओके ओदे नाल हां भाई ते जेडे मतलब के मज्जा बेचदे आ प्रॉफिट कोई लाख दी सवा लाख दी ओ कनु प्रॉफिट है प्रॉफिट ते जेडे कट्टू पालदे आ दुध नाल आपां ओ बहुत वधिया क्यों गाहां नु कट्टियां तैयार हो जांदियां ने उधर अरे हुण देखो जी ए भी गल है वी बिंदर दी भी दुध नाल भी कट्टी पालनी आ ना ਤਾਂ ਕੱਟੀਆਂ ਹੁਣ ਦੇਖੋ ਆਮ ਆਪਾਂ ਮੰਨ ਲਓ 2 ਸਵਾ 2 ਸਾਲ ਦੀ ਸੀਮਨ ਆਮ ਲੈਂਦੀ ਆ ਤੇ ਬਿੰਦਰ ਕੋਲੇ 1.5 ਸਾਲ ਦੀ ਕੱਟੀ ਆ ਜੇ ਗੌਰ ਕਰੋਗੇ ਮੈਂ ਅੱਗੇ ਵੀ ਕਹਿਣਾ ਨਾ ਵੀ 1.5 ਸਾਲ ਪੌਣੇ 2 ਸਾਲਾਂ ਦੀ ਕੱਟੀ ਮਾਂ ਬਣ ਜਾਂਦੀ ਹੈ ਪੱਕਾ ਠੀਕ ਆ ਗੱਭਣ ਹੋ ਜਾਂਦੀ ਆ ਤਾਂ ਜੇ ਆਪਾਂ ਗੱਲ ਕਰੀਏ ਹੁਣ ਉਹ ਕੱਟੀ ਦੀ ਆਪਾਂ ਗੱਲ ਕਰੀਏ ਵੱਡੀ ਮੱਝ ਦੀ ਇਹਦੇ ਕੋਲੇ ਖੜੀ ਆ ਬਹੁਤ ਚੰਗੀ ਕੱਟੀ ਆ ਤਾਂ 7 ਕੁ ਮਹੀਨੇ ਦੀ ਹੋ ਗਈ ਉਹਦਾ ਵੀ ਤੁਸੀਂ ਸਰੀਰ ਦੇ ਸਕਦੇ ਆ ਮਗਰ ਹਨ ਤਾਂ ਬਹੁਤ ਸੋਹਣੀਆਂ ਤਿਆਰ ਹੋਈਆਂ ਇਹ ਸੀਗੀ ਬਾਈ ਬਿੰਦਰ ਦਾ ਛੋਟਾ ਫਾਰਮ ਤੇ ਖੁਸ਼ ਫਾਰਮ ਤੇ ਛੋਟਾ ਫਾਰਮ ਉਹਦੇ ਵਾਂਗੂ ਤਾਂ ਧੰਨਵਾਦ ਬਾਈ ਬਿੰਦਰ ਤੇਰਾ ਇੰਨੀ ਕੀ ਜਾਣਕਾਰੀ ਦੇਣ ਵਾਸਤੇ ਤਾਂ ਮੈਂ ਇਹੀ ਗੱਲ ਕਹਿਣਾ ਹੁੰਦਾ ਵੀ ਜਿਹੜੇ ਆਪਣੇ ਸਾਰੇ ਭਰਾ ਗਏ ਸਾਰੇ ਭਰਾ ਕੁਛ ਨਾ ਕੁਛ ਸਹਾਇਕ ਤੰਦਾ ਤੋਰੋ ਵੀਰੇ ਸਹਾਇਕ ਤੰਦੇ ਦੇ ਨਾਲ ਬਹੁਤ ਫਰਕ ਹੈ ਕਹਿਣ ਨੂੰ ਕੁਛ ਮਰਜ਼ੀ ਆ ਮਾੜੇ ਮੁੱਟੇ ਜਿਹੜੇ ਮਤਲਬ ਆਪਾਂ ਦੁੱਧ ਦੇ ਨਾਲ ਜਿਹੜੇ ਆਪਾਂ ਨੂੰ ਡੇਲੀ ਦੀ ਖਰਚਾ 'ਚ ਜ਼ਰੂਰਤ ਹੈ ਆਪਾਂ ਨੂੰ ਡੇਲੀ ਜਿਹੜੇ ਪੈਸਿਆਂ ਦੀ ਜ਼ਰੂਰਤ ਹੈ
तो जे डेली का पैसा अपन डेली आऊगा तो अपन जिहड़ियां कबीलदारियां वो चलाउणियां थोड़ियां जिहियां सौखियां रहणगियां। तो नहीं डेली पैसे ने लगना तो डेली अपन पैसे फड़ना पैंदा, ये चीज़ां औखा कर दियाँ। तो जे आप मतलब थोड़ा बहुत है जिवें हुण मान लो इतिपेंद्र कोले 5-6 वड्डियां मझां सी ते इक पहला गर्मी च बेची, दो इन्हां ने ठंड च बेचियां, 6 वड्डियां मझां होईयां ने तो 6 बन जाणगियां। उदू बाद जिवें झोटियां गब्बण करा लईयां 3 वड्डियां खड़ियां, इन्हां च 2 फिर बेच देणगियां, 4 रहि जाणगियां। उदू बाद तैयार होंदे 2 मझां, इह हर साल मतलब बेचदी बेचदा पेंद्र तां इन्नियां मझां जदों 6-7 इन्नियां मझां दा थां जदों बच जाणगियां ने 2 बेच देणियां, तां बाकी कट्टियां तैयार करना। ये भी बहुत वधिया तरीका है वी वड्डियां मझां दुध वालियां 4 दियां 4 ही रखणियां, 2 बेच देणियां ते 4 दुध ते चली जाणा, दुध नाल घर दे खर्चे कढ़ी जांदे। जिहड़ियां 2 मझां एक्टर आ गईयां बेचणियां, जिवें हुण मगरली बारे ने पहले ने कट्टी बेची सी 2.5 लाख रुपये की, तो जिवें मतलब उह जिहियां 2 झोटियां बेचदियां 2.5 लाख रुपया जिहड़ा साल बाद तों उह इहने निरा प्रॉफिट है जिहड़ा वो जमें ही जेब च पै जांदा। तो जे आपां इन्ने पशुआं दे मगर गल करिए 4-5 मझां दुध वालियां रहिंदियां मगर बच्चे पालदे आ, तो जे 2.5 लाख नूं आपां इक महीने ते भी लाईए तो 12 महीनों के 2.5 लाख नूं जे वंडीए 20,000 रुपया तनखा होगी बिंदर तेरी, जिहड़ियां तूं कल्लियां झोटियां बेचियां 2 झोटियां हर साल बेचदा तेरी 20,000 रुपया इक तनखा बन गई। बिंदर एक चीज़ होर भी दस, चल आप जी सिंचाई की आप वीडियो बनाने हैं, कदे आ टाइम आया भी दुध मैसा नहीं दिंदियां, तू आपके पल्लों खवाना कितने इदा का कोई दिन देखा भी तेन पल्लों खवाना पै गया हो बिलकुल जी ਭਾਈ ਆਪਣੇ ਹੱਥ ਦਾ ਕੰਮ ਹੈ ਸਾਰਾ। ਬਿਲਕੁਲ ਬਿਲਕੁਲ, ਤਾਂ ਇਹ ਸੀਗਾ ਜੀ ਨੌਕਰੀ ਕਰਨ ਨੂੰ ਆਪਣੇ ਘਰੇ ਪਸ਼ੂ ਨੂੰ ਰੱਖ ਲਓ। ਬਿਲਕੁਲ ਉਹ ਬਹੁਤ ਵਧੀਆ, ਇਸ ਨੂੰ ਆਟੋਮੈਟਿਕ ਲਾ ਕੇ ਦੱਸਿਆ ਵੀ ਜਿਹੜੀ ਆਪਣੀ 13 ਇੰਨੀ ਕੁ ਆਪਾਂ ਕਮਾਈ ਕਰ ਸਕਦੇ ਹਾਂ ਵੀ ਜੇ ਆਪਾਂ ਬਿੰਦਰ ਨੂੰ ਮੰਨੀਏ। ਬਿੰਦਰ ਨੇ ਦੱਸਿਆ ਵੀ ਜਿਹੜਾ ਦੁੱਧ ਹੈ ਜਿਹੜੇ ਜਵਾਕਾਂ ਦੇ ਅੱਜ ਖਰਚੇ ਕਰਦੇ ਘਰ ਦੇ ਖਰਚੇ ਕਰਦੇ ਚਾਹ ਘੁੱਟ ਉੱਤੇ ਕਰਦੇ ਉਹ ਵੀ ਨਾ ਆਪਾਂ ਕਿਨੂੰ, ਜਿਹੜੀਆਂ ਬਿੰਦਰ ਦੀਆਂ ਮੈਸਾਂ ਸਾਰੀਆਂ ਖਰਚੇ ਕੱਢੀ ਜਾਂਦੀਆਂ, ਪਰ ਬਿੰਦਰ ਨੂੰ 2 ਮੈਸਾਂ ਵੇਚ ਕੇ ਹਰ ਸਾਲ 2.5 ਲੱਖ ਰੁਪਏ ਦੀਆਂ 2 ਮੈਸਾਂ ਵੇਚਦਾ। ਹੁਣ ਤਾਂ ਬਰੀਡਿੰਗ ਚੰਗੀ ਆ ਉਦੋਂ ਵੀ ਮਹਿੰਗੀਆਂ ਵੇਚਦੀਆਂ, ਪਰ ਜੇ 2.5 ਲੱਖ 2.5 ਲੱਖ ਰੁਪਏ ਤੱਕ 2 ਮੱਝਾਂ ਵੇਚਦਾ ਤਾਂ ਇਹਨੂੰ 20,000 ਰੁਪਇਆ ਮਹੀਨਾ ਇਹਨੂੰ ਢਲ ਗਿਆ, ਜਾਣੀ ਕਿ ਜੇ ਹੋਰ ਆਪਾਂ ਕੰਮ 'ਤੇ ਵੀ ਲੱਗਾਂਗੇ ਇਹਨੂੰ 9-10 ਹਜ਼ਾਰ ਰੁਪਇਆ ਹੋਰ ਕੰਮਾਂ ਤੋਂ ਆਪਾਂ ਨੂੰ ਮਿਲੂਗਾ ਜੇ ਬਾਹਰ ਜਾ ਕੇ ਲੱਗਾਂਗੇ। ਅਤੇ ਜੇ ਆਪਾਂ ਘਰ ਦਾ ਰੁਜ਼ਗਾਰ ਕਰਦੇ ਹਾਂ ਉਹਦੇ ਵਿੱਚੋਂ ਆਪਾਂ ਪੈਸਾ ਵੀ ਕਮਾਵਾਂਗੇ ਘਰ ਦਾ ਘਰੇ ਹਾਂ, ਅਤੇ ਨਾਲੇ ਘਰ ਦੇ ਦੁੱਧ ਪਾਣੀ ਜਵਾਕ ਰੱਜ ਕੇ ਦਹੀਂ ਦੁੱਧ ਪਾਣੀ ਸਾਰਾ ਕੁਝ ਆਪਣੇ ਕੋਲ ਆਪਦਾ ਘਰ ਦਾ ਖੁੱਲ੍ਹਾ ਹੁੰਦਾ ਅਤੇ ਨਾਲੇ ਮੌਕੇ 'ਤੇ ਰੋਜ਼ ਦੀ ਰੋਜ਼ ਪੈਸਾ ਆਈ ਜਾਂਦਾ। ਠੀਕ ਆ ਜੀ ਬਾਈ, ਸਤਿ ਸ਼੍ਰੀ ਅਕਾਲ, ਧੰਨਵਾਦ, ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਆਉਣ ਵਾਲੇ ਟਾਈਮ ਦੇ ਵਿੱਚ ਵੀ ਇੱਦਾਂ ਦੀਆਂ ਵੀਡੀਓ ਹੋਰ ਲਿਆਉਣੇ ਆ।